ਮੇਰੇ ਕੁਲੀਗ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ। ਵੇਖੋ, ਮੈਂ ਤਾਂ ਉਸੇ ਗੱਲ 'ਤੇ ਸਰਕਾਰ ਨੂੰ ਆਪਣੀ ਰਾਏ ਦੇਣਾ ਚਾਹੁੰਦਾ ਕਿ ਇਹ ਬੜਾ ਇੱਕ ਸੈਂਟੀਮੈਂਟਲ ਮੁੱਦਾ ਹੈ। ਸਿੱਖ ਮੈਜੋਰਿਟੀ ਸਟੇਟ ਹੈ ਪੰਜਾਬ, ਇਹਦੇ ਵਿੱਚ ਸਰਕਾਰ ਨੂੰ ਤਾਂ ਮੈਂ ਇੰਨੀ ਬੇਨਤੀ ਕਰ ਸਕਦਾ ਕਿ ਇਹਨੂੰ ਥੋੜ੍ਹਾ ਜਿਹਾ ਸੰਜੀਦਾ ਹੋ ਕੇ ਚੱਲਣ ਦੀ ਲੋੜ ਹੈ। ਵੇਖੋ, 2019 ਦੇ ਵਿੱਚ ਪਿਛਲੀ ਕਾਂਗਰਸ ਦੀ ਸਰਕਾਰ ਦੇ ਵਿੱਚ ਇੱਕ ਮਤਾ ਆਇਆ ਸੀ ਨਵੰਬਰ ਦੇ ਵਿੱਚ, ਉਸ ਮਤੇ ਵਿੱਚ ਪਾਸ ਕੀਤਾ ਸੀ, ਮੂਵ ਕੀਤਾ ਸੀ ਸਤਿਪੁਰ ਰਜਿੰਦਰ ਸਿੰਘ ਬਾਜਵਾ ਜੀ ਨੇ, ਉਦੋਂ ਹਾਇਰ ਐਜੂਕੇਸ਼ਨ ਦੇ ਮਿਨਿਸਟਰ ਸੀ, ਤਾਈ ਦੋਦੀ ਕੀਤੀ ਸੀ ਸਾਹ ਚਰਨਜੀਤ ਸਿੰਘ ਚੰਨੀ ਨੇ, ਉਸ ਟਾਈਮ ਟੈਕਨੀਕਲ ਮਿਨਿਸਟਰ ਸਨ ਉਸ ਟਾਈਮ। ਉਹਦੇ ਵਿੱਚ ਕਾਂਗਰਸ ਨੇ ਕੀ ਸਾਰੇ ਹਾਊਸ ਨੇ ਯੂਨੈਨਮਸਲੀ ਇੱਕ ਰੈਜੋਲਿਊਸ਼ਨ ਮੂਵ ਕੀਤਾ ਸੀ, 550ਵੀਂ ਉਦੋਂ ਗੁਰਪੁਰਬ ਦੇ ਉੱਤੇ ਸੀ, ਕਿ ਅਸੀਂ ਰਿਕੁਐਸਟ ਕਰਨੇ ਹਾਂ SGPC ਨੂੰ ਕਿ ਜਿਹੜੇ ਵੀ TV ਚੈਨਲਸ ਲਾਈਵ ਕਵਰੇਜ ਦਰਬਾਰ ਸਾਹਿਬ ਤੋਂ ਗੁਰੂ ਦੀ ਬਾਣੀ ਦੀ ਕਰਨਾ ਚਾਹੁੰਦੇ ਨੇ, ਸਾਰਿਆਂ ਨੂੰ ਇਜਾਜ਼ਤ ਦਿਓ, ਸਾਰਿਆਂ ਨੂੰ ਇਜਾਜ਼ਤ ਦਿਓ, ਜਾਂ ਕੋਈ ਸਿਸਟਮ ਇਹੋ ਜਿਹਾ ਲੱਭ ਲਓ ਜੇ ਸਾਰਿਆਂ ਦੇ ਕੈਮਰੇ ਨਹੀਂ ਉੱਥੇ ਲੱਗ ਸਕਦੇ, ਇੱਕ ਸਾਂਝਾ ਕੈਮਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੱਗੇ ਅਤੇ ਉਹ ਉਸੇ ਟਾਈਮ ਹੀ ਸਾਰਿਆਂ ਨੂੰ ਡਿਸਟ੍ਰੀਬਿਊਟ ਕਰ ਸਕਣ। ਤਾਂ ਅਸੀਂ ਹੁਣ ਵੀ ਰਾਏ ਦੇਵਾਂਗੇ। ਬਾਕੀ ਇਹ ਗੱਲ ਹੈ ਕਿ ਕੱਲ੍ਹ ਪਹਿਲੇ ਮੈਂ ਗਵਰਨਮੈਂਟ ਕੋਲ ਕਲੀਅਰੈਂਸ ਚਾਹੁੰਦਾ, ਕਿਉਂਕਿ ਜਿਹੜਾ ਟਵੀਟ CM ਪੰਜਾਬ ਭਗਵੰਤ ਮਾਨ ਜੀ ਨੇ ਕੀਤਾ ਉਹਦੇ ਵਿੱਚ ਪਹਿਲੇ ਇਹ ਗੱਲ ਕਹੀ ਗਈ ਕਿ ਅਸੀਂ ਅੱਜ ਦੇ ਦਿਨ 19 ਜੂਨ ਨੂੰ ਕੈਬਨਿਟ ਦੇ ਵਿੱਚ ਅਸੀਂ ਕੋਈ ਤਰਮੀਮ ਲੈ ਕੇ ਆਉਣਾ ਚਾਹਵਾਂਗੇ। ਠੀਕ ਹੈ, ਹਾਂ, ਅਤੇ ਪਹਿਲੇ ਤਾਂ ਮੈਂ ਇਹ ਕਲੈਰਿਟੀ ਚਾਹੁੰਦਾ ਇਹਨਾਂ ਕੋਲ ਕਿ ਕੀ ਬਿੱਲ ਇੰਟਰੋਡਿਊਸ ਹੈ ਇੱਥੇ, ਕੋਈ ਨਵਾਂ ਲੈ ਕੇ ਆਉਣਾ ਚਾਹੁੰਦੇ ਨੇ ਕਿ ਕੀ ਰੈਜ਼ੋਲਿਊਸ਼ਨ ਕੱਲ੍ਹ ਲੈ ਕੇ ਆਉਣਾ। ਦੇਅਰ ਇਜ਼ ਅ ਡਿਫਰੈਂਸ ਇਨ ਅ ਬਿੱਲ ਐਂਡ ਅ ਰੈਜ਼ੋਲਿਊਸ਼ਨ। ਦੂਸਰੀ ਗੱਲ ਜਿਸ ਤਰ੍ਹਾਂ ਰੰਧਾਵਾ ਸਾਹਿਬ ਨੇ ਕਹੀ ਹੈ ਕਿ ਸੈਂਟਰਲ ਐਕਟ ਹੈ, SGPC ਜਦੋਂ ਦੀ ਹੋਣ ਚਾਹੀ ਤਕਰੀਬਨ 100 ਸਾਲ ਹੋ ਗਏ, ਉਸ ਤੋਂ ਬਾਅਦ ਪੰਜਾਬ ਦੀ ਰੀਓਰਗਨਾਈਜੇਸ਼ਨ 1966 ਤੋਂ ਬਾਅਦ ਜਦੋਂ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਪੰਜਾਬ ਵਿੱਚ, ਹਿਮਾਚਲ ਵਿੱਚ ਅਤੇ ਹਰਿਆਣੇ 'ਚ ਨੇ, ਉਹ ਸੈਂਟਰਲ ਐਕਟ ਥੱਲੇ ਆ ਗਏ। ਗਵਰਨਮੈਂਟ ਆਫ ਪੰਜਾਬ ਰੈਜ਼ੋਲਿਊਸ਼ਨ ਦੇ ਜ਼ਰੀਏ ਕੋਈ ਵੀ ਚੀਜ਼ ਕਹਿਣਾ ਚਾਹੁੰਦੀ ਹੈ ਤਾਂ SGPC ਨੂੰ ਬੈਟਰ ਢੰਗ ਹੁੰਦਾ ਕਿ SGPC ਨੂੰ ਕਹੋ, ਜਨਰਲ ਆਪਣੀ ਮੀਟਿੰਗ ਹਾਊਸ ਦੀ ਬੁਲਾਏ ਅਤੇ ਉਹਦੇ 'ਤੇ ਹੋ ਸਕਦਾ, ਜਾਂ ਸੈਂਟਰਲ ਗਵਰਨਮੈਂਟ ਨੂੰ ਰਿਕਮੈਂਡੇਟਰੀ ਕੋਈ ਚੀਜ਼ ਕਹੀ ਜਾ ਸਕਦੀ ਹੈ। ਡਾਇਰੈਕਟਲੀ ਇੰਟਰਫੇਅਰ ਸਟੇਟ ਗਵਰਨਮੈਂਟ ਇਹਦੇ 'ਚ ਮੇਰੀ ਸਮਝ ਦੇ ਮੁਤਾਬਕ ਤਾਂ ਕਰ ਕੋਈ ਨਹੀਂ ਸਕੇਗੀ। ਬਾਕੀ ਇਹ ਹੈ ਕਿ ਕੱਲ੍ਹ ਜਿਸ ਸ਼ੇਪ ਦੇ ਵਿੱਚ ਲੈ ਕੇ ਆਉਣਗੇ, ਉਸੇ ਸ਼ੇਪ ਦੇ ਵਿੱਚ ਹੀ ਫਿਰ ਅਸੀਂ ਉਸ ਦਾ ਜਵਾਬ ਦੇਵਾਂਗੇ, ਕਿਉਂਕਿ ਅਜੇ ਸਾਨੂੰ ਵੀ ਇਹ ਜਿਹੜਾ ਭਗਵੰਤ ਮਾਨ ਜੀ ਦਾ ਟਵੀਟ ਹੈ ਇਹਦੇ ਵਿੱਚ ਥੋੜ੍ਹੀ ਜਿਹੀ ਕਨਫਿਊਜ਼ਨ ਹੈ। ਗਵਰਨਮੈਂਟ ਖੁਦ ਹੀ ਕਲੀਅਰ ਨਹੀਂ ਕਿ ਕੈਬਨਿਟ 'ਚ ਕੀ ਕਰਨਾ ਚਾਹੁੰਦੀ ਹੈ ਅਤੇ ਕੱਲ੍ਹ ਕੀ ਕਰਨਾ ਚਾਹੁੰਦੀ। ਤਾਂ ਇਸ ਗੱਲ ਕਾਰਨ ਲੈਟ ਅਸ ਵੇਟ ਫੋਰ ਦੀ ਟਾਈਮ। ਮੈਂ ਉਸ ਤੋਂ ਪਹਿਲੇ ਕੋਈ ਗੱਲ ਕਹਿਣੀ ਉਦੋਂ ਹੀ ਪਸੰਦ ਕਰਾਂਗਾ ਜਦੋਂ ਸਹੀ ਜਿਸ ਸ਼ੇਪ 'ਚੋਂ ਆਏਗਾ ਉਹਦਾ ਹੀ ਅਸੀਂ ਜਵਾਬ। CM ਸਾਹਿਬ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸੈਕਸ਼ਨ 125A ਇਨਸਰਟ ਕਰ ਲਾਈਵ ਟੈਲੀਕਾਸਟ ਦੇ ਜੋ ਰਾਈਟਸ ਨੇ ਉਸ ਨੂੰ ਲੈ ਕੇ ਗੱਲ ਕੀਤੀ ਗਈ ਹੈ ਕਿ ਲਾਈਵ ਟੈਲੀਕਾਸਟ ਦੇ। ਮੇਰੀ ਬੇਨਤੀ ਹੈ, ਸੁਣ ਲਓ, ਸਿੱਧੇ ਤੌਰ ਸੈਂਟਰਲ ਐਕਟ ਦੇ ਵਿੱਚ ਇਹ ਕੋਈ ਵੀ ਇੱਥੇ 125A ਦੇ ਵਿੱਚ ਕੋਈ ਤਰਮੀਮ ਵੀ ਕਰਨਾ ਚਾਹਣਗੇ ਤਾਂ ਇਹ ਕਰ ਨਹੀਂ ਪਾਣਗੇ। ਮੇਰੀ ਇੱਕੋ ਹੈ ਕਿ ਜਾਂ ਤਾਂ ਰਿਕਮੈਂਡੇਸ਼ਨ ਕਰਕੇ ਸੈਂਟਰਲ ਗਵਰਨਮੈਂਟ ਨੂੰ ਕਹਿਣ, ਕਿਉਂਕਿ ਸੈਂਟਰਲ ਗਵਰਨਮੈਂਟ ਦੇ ਵਿੱਚ ਫਿਰ ਪਾਰਲੀਮੈਂਟ ਦੇ ਵਿੱਚ ਹਾਊਸ 'ਚ ਜਾਣਾ ਤਾਂ ਫਿਰ ਇਹਨੂੰ ਮਨਜ਼ੂਰੀ ਮਿਲਦੀ। ਦੂਸਰੀ ਗੱਲ ਮੈਂ ਇਹਦੇ ਵਿੱਚ ਇਹ ਵੀ ਗੱਲ ਇਹ ਕਹਿਣਾ ਚਾਹਾਂਗਾ
ਕਿ ਕੱਲ ਆ ਲੈਣ ਤੋਂ ਸਾਰਾ ਕੁਝ ਸਾਰਾ ਕੁਝ ਵਿੱਚ ਆਏਗਾ ਆਏਗਾ ਤੇ ਫਿਰ ਇਹ ਅੱਛਾ। ਦੂਸਰੀ ਗੱਲ, ਕਾਂਗਰਸ ਨੇ ਤੇ ਆਲਰੇਡੀ ਸਿਮਿਲਰ ਲਾਈਨਸ ਜਿਹੜੀਆਂ ਇਹ ਅੱਜ ਆਪ ਕਹਿ ਰਹੀ ਕੋਈ ਇਤਿਹਾਸਿਕ ਫੈਸਲਾ ਲੈਣਾ, ਇਹ ਤਾਂ ਤਕਰੀਬਨ ਅਸੀਂ 4 ਸਾਲ ਪਹਿਲੇ ਇਹ ਗੱਲ ਕਰ ਹੀ ਚੁੱਕੇ ਹਾਂ ਜੀ। ਇਹ ਸਿਮਿਲਰ ਚੀਜ਼ ਜਿਹੜੀ ਇਹ ਕਹਿਣਾ ਚਾਹੁੰਦੇ ਨੇ, ਅਸੀਂ ਤਾਂ ਆਲਰੇਡੀ ਇਹ SCPC ਨੂੰ ਇਹ ਗੱਲ ਮਤਾ ਪਾਸ ਕਰ ਦਿੱਤਾ ਸੀ ਕਿ ਆਓ ਤੁਸੀਂ ਸਾਰੇ ਚੈਨਲਸ ਨੂੰ ਅਲਾਉ ਕਰ ਦੇਣਾ ਚਾਹੀਦਾ। ਜੇ ਤੁਸੀਂ ਕੋਈ ਫੀਸ ਫੂਸ ਵੀ ਲੈਂਦੇ ਹੋ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਸੀਂ ਇੱਕ ਵਿਸ਼ੇਸ਼ ਚੈਨਲ ਕੋਲ ਫੀਸ ਲੈਂਦੇ ਹਾਂ, ਉਹ ਇਹਨਾਂ ਦਾ ਆਪਣਾ ਕੰਮ ਹੈ SCPC ਦਾ ਕਿਸ ਢੰਗ ਨਾਲ ਕਰਨਾ ਚਾਹੀਦਾ। ਬਟ ਮੈਂ ਇਸ